ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕੋਟਲਾ ਡੂਮ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅਤੇ ਲਾਗੀ ਸ਼੍ਰੀ ਰਾਮ ਤੀਰਥ ਪੈ ਜਾਂਦਾ ਵੀਰ ਜੀ ਉਹਨਾਂ ਨੂੰ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਦਿਖਾਉਣੀਆਂ, ਟੋਟਲ 6 ਦਿਖਾਉਣੀਆਂ, 4 ਗੱਬਣਾਂ ਦਿਖਾਉਣੀਆਂ ਅਤੇ 2 ਤੁਹਾਨੂੰ ਸੂਈਆਂ ਦਿਖਾਉਣੀਆਂ। ਅਤੇ ਰੇਟ ਸਾਰੇ ਤੁਹਾਨੂੰ ਵੱਡੇ ਛੋਟੇ ਰੇਟ ਤੁਹਾਨੂੰ ਸਾਰੇ ਦਿਖਾਵਾਂਗੇ, ਐਂਡ ਦੇ ਬਿਲਕੁਲ ਨੋਰਮਲ ਜਿਹੇ ਰੇਟ 'ਚ ਤੁਹਾਨੂੰ ਆਹ ਵੀ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ। ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ, ਸਾਰੀ ਵਰਾਇਟੀ ਤੁਹਾਨੂੰ ਦਿਖਾਉਣੀ ਆ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ, ਠੀਕ ਠਾਕ ਜੀ? ਵਧੀਆ ਵੀਰ ਜੀ, ਵਧੀਆ ਤੁਸੀਂ? ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦਿਓ ਕਰੀ ਆਪਣਾ। ਨਾਮ ਮੇਰਾ ਸਾਹ ਸਿੰਘ ਜੀ। ਹਾਂਜੀ। ਅਤੇ ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਕੋਟਲਾ ਡੋਮ। ਠੀਕ ਹੈ ਜੀ। ਅਤੇ ਲਾਗੀ ਸ਼੍ਰੀ ਰਾਮ ਤੀਰਥ ਸਾਨੂੰ? ਰਾਮ ਤੀਰਥ ਜੀ। ਫੋਨ ਨੰਬਰ ਬੋਲ ਦਿਓ। ਫੋਨ ਨੰਬਰ ਹੈਗਾ 97812 28722। ਠੀਕ ਹੈ। ਅਤੇ ਅੱਜ 4 ਗੱਬਣਾਂ ਅਤੇ 2 ਸੂਈਆਂ, ਹੈ ਨਾ? ਹਾਂਜੀ, ਹਾਲੇ ਇੱਕ ਹੋਰ ਹੀ, ਇੱਕ ਵੇਗੀ ਆ। ਅੱਛਾ। ਇਸ ਗੱਲ ਮਹਾਂ ਮੂਹਰੀ ਮਹਾਂ ਪਾਉਣੀ ਪਾਉਣੀ ਵੀਡੀਓ ਮਹਾਂ ਹਰ ਫਾਰਮ ਵਿਕ ਜਾਂਦਾ, ਮਾਲ ਮੁਲ ਹਰ ਖਰੀਦਾ, ਮਾਲ ਵੇਚ ਦਿੰਦੇ ਤੁਸੀਂ। ਠੀਕ ਹੈ ਠੀਕ। ਨਾਲੇ ਕਾਫੀ ਦਿਨ ਹੋ ਗਏ ਸੀ ਪਾਈ ਨਹੀਂ ਵੀਡੀਓ। ਅਤੇ ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਆ। ਸਾਰੀਆਂ ਜਰਸੀ ਕਰੋਸ ਹੀ ਆ, ਹੈ ਨਾ? ਆਪਣੇ ਕੋਲ ਅੱਜ ਗਰਮੀ ਵਾਲਾ ਮਾਲ ਹੀ ਆ। ਗਰਮੀ ਵਾਲਾ ਮਾਲ ਆ ਸਾਰਾ ਜੀ। ਹਾਂਜੀ। ਅਤੇ ਜਿਹੜੀ ਪਹਿਲੇ ਨੰਬਰ 'ਤੇ ਕਿੰਨਵਾਂ ਸੂਆ ਸੋਣਾ ਜੀ ਇਹਨੇ? ਵੀਰ ਜੀ, ਇਹ ਤਾਂ ਘਰ ਵਾਲੇ ਦੇ ਕਈ ਜਿਹਦੇ ਪਹਿਲੇ ਸੂਏ ਸੋਣੇ ਆ, ਪੱਕ ਕੇ ਮੂੰਹ 6 ਦਾ ਤੇ ਅਦਾ। ਅੱਛਾ। ਤੇ ਹੈ ਵੀ ਲੱਗਦੀ ਵੀ ਪਹਿਲੇ ਹੀ ਆ ਤਾਂ ਠੀਕ, ਬਹੁਤ ਵਧੀਆ ਤਾਂ। ਚਲੋ ਪਹਿਲੇ ਹੋ ਸਕਦੀ, ਦੂਜੇ ਹੋ ਸਕਦੇ, ਹੋ ਸਕਦਾ ਹੁਣ ਇਹ 'ਚ ਆਪਾਂ ਕੀ ਮੰਨ ਸਕਦੇ ਆ। ਹਾਂਜੀ ਹਾਂਜੀ। ਤੇ ਕਿੰਨੇ ਕੁ ਦੁੱਧ ਵਾਲੀ ਜੀ? ਦੁੱਧ ਵਿੱਚ 16-17 ਲੀਟਰ ਦਊਗੀ, ਬਹੁਤ ਵਧੀਆ ਵਛੀ ਆ। ਠੀਕ ਆ, ਤੋਰੀਆਂ ਫਿਰ ਇੱਕ ਰੀ ਨੂੰ ਬਹੁਤ ਵਧੀਆ ਵਛੀ, ਪੰਜਾਬ ਵਾਲੀ ਵਛੀ ਆ। ਬਾਕੀ ਚੰਗੀ ਤਿਆਰ ਹੁੰਦੀ ਥੱਲੇ ਜੇ ਗੱਭਣੇ ਆ ਜਿਹੜੀ ਥਣ ਦਿਖਾ ਦੀ ਇੱਕ ਮਿੰਟ ਲੱਗ ਗਿਆ ਤਾਂ। ਹਾਂ ਦੇਖ ਸਕਦੇ ਜੇ। ਠੀਕ ਹੈ ਜੀ, ਚਲੋ ਲੈ ਜਾਓ ਲੈ ਜਾਓ ਜੀ। ਬਾਕੀ ਖੜਨੀ ਤੁਸੀਂ ਆਪਣੀ ਪਸੰਦ ਨਾਲ, ਆਪਣੀ ਮਰਜ਼ੀ ਨਾਲ। ਤੇ ਮੁੱਲ ਵੀਰ ਜੀ ਇਹਦਾ? ਫਿਰ ਮੁੱਲ ਵੀਰ ਜੀ ਇਹਦਾ 45,000 ਕਰਦੇ ਹਾਂ ਜੀ। ਅੱਛਾ ਹਾਂਜੀ। ਤੇ ਵਿੱਚੋਂ ਕਰਨਾ ਮਨ ਤਾਂ? ਮਨ ਤਾਂ ਜ਼ਰੂਰ ਕਰਾਂਗਾ, ਭੈਣ ਭਰਾ ਲਾਵੇ, ਫੋਨ ਪਤਾ ਨਹੀਂ ਕਿੱਥੇ ਹੋ ਜਾਣੀ, ਹੈ ਨਾ? ਠੀਕ ਹੈ ਜੀ ਠੀਕ ਹੈ। ਤੇ ਆ ਵੀ ਗੱਬਣ ਜੇ? ਹਾਂਜੀ। ਇਹ ਕਿੰਨੇ ਕੁ ਦੁੱਧ ਵਾਲੀ ਜੀ? ਵੀਰ ਜੀ ਇਹ ਵੀ 14 ਕੁ ਲੀਟਰ ਦੁੱਧ ਦੇਈ ਜਾਊਗੀ ਇਹ ਵੀ। ਅੱਛਾ ਹਾਂਜੀ, ਕਰੋਸ ਹੈ ਵੈਟ। ਠੀਕ ਆ ਹਾਂਜੀ। ਤੇ ਖੋਲੀਆਂ ਫਿਰ ਤੋਰੀਏ ਥਾਂ, ਇਹਦੇ ਵੀ ਲੱਗੇ ਤੇ ਤੁਹਾਨੂੰ ਆਪਾਂ ਦਿਖਾ ਦਈਏ। ਹਾਂ ਦੇਖ ਸਕਦੇ ਜੀ, ਅੱਜ ਲੈ ਬਾਕੀ ਜਿਹੋ ਜਿਹੇ ਆਮ ਜਰਸੀਆਂ ਦੇ ਕੱਦ ਹੁੰਦੇ, ਉਡਾ ਕੇ ਦਾ ਕੱਦ ਆ, ਨਾ ਬਹੁਤਾ ਵੱਡਾ ਅਤੇ ਨਾ ਬਹੁਤਾ ਛੋਟਾ ਹੈ। ਥੱਲਿਓਂ ਕਾਫੀ ਸਫਾਈ 'ਚ ਤਿਆਰ ਹੁੰਦੀ ਹੈ, ਮੀਡੀਅਮ ਜਿਹਾ ਕੱਦ ਆ ਜਿਹੜਾ ਇਹਦਾ। ਲੈ ਜਾਓ ਜੀ, ਵੱਡੀਆਂ ਗਾਈਆਂ ਨੂੰ ਮਾਰ ਦੇ ਦਿੰਦੇ ਹੀ ਵੀ। ਹਾਂਜੀ ਹਾਂਜੀ, ਅਜੇ ਤਿਆਰ ਹੋਣੀ ਆ ਪੂਰੀ, ਹੈ ਨਾ? ਤਿੰਨ ਚਾਰ ਦਿਨ ਖੜਦੀਆਂ, ਪੰਜ ਦਿਨ ਵੀ ਖੜ ਸਕਦੀ ਇਹਨਾਂ ਚੋਂ। ਠੀਕ ਆ ਹਾਂਜੀ। ਤੇ ਇਹਦਾ ਮੁੱਲ?
ਇਹਦਾ ਮੁੱਲ ਵੀਰ ਜੀ 37,000 ਜੇ ਕੋਈ ਜੋੜਾ ਜਾੜਾ ਖੜੂਗਾ ਬਣਾ ਕੇ ਜਿਹੜੇ ਹਿਸਾਬ ਨਾਲ ਕੋਈ ਸੈੱਟ ਕਰਨ ਉਸ ਹਿਸਾਬ ਨਾਲ ਆਪਾਂ ਮਾਨਦਾਨ ਕਰ ਦਾਂਗੇ ਜੀ। ਤੇ ਆਹ ਸੂਈ ਸਵਾਈ ਜੇ, ਇਹ ਸੂਈ ਸਵਾਈ ਜੀ, ਠੀਕ ਆ। ਇਹਦਾ ਕੱਦ ਕਾਠ ਵੀ ਜਿਹੜਾ ਚੰਗਾ ਉੱਚਾ ਵਾ ਤੇ ਥੱਲੇ ਬੜੀ ਸਫਾਈ ਚ। ਕਿੰਨਾ ਚਿਰ ਹੋਇਆ ਵੀਰ ਜੀ ਇਹਨਾਂ ਸੂਈ ਨੂੰ? ਵੀਰ ਜੀ ਇਹ ਪਰਸੋਂ ਦੀ ਸੂਈ ਜੇ, ਠੀਕ ਆ। ਉਹ ਵੱਛਾ ਜੇ ਦਾ, ਉਹ ਡੱਬਾ ਵੱਛਾ ਸਾਹਮਣੇ, ਆਹ ਡੱਬਾ ਵੱਛਾ ਆਹ ਦੇਖ ਸਕਦੇ ਜੇ। ਤੇ ਆਹ ਜਿਹੜੀ ਇੱਕ ਸੂਈ ਗਾਂ ਹੋਰ ਤੁਹਾਨੂੰ ਦਿਖਾਉਣੀ ਆ, ਸਿੰਘਾਂ ਵਾਲੀ ਗਾਂ ਤੁਹਾਨੂੰ ਐਂਡ ਤੇ ਇੱਕ ਸੂਈ ਦਿਖਾਉਣੀ ਆ। ਉਹਦਾ ਵੀ ਬੱਚਾ ਜਿਹੜਾ ਆ ਤੁਸੀਂ ਦੇਖ ਸਕਦੇ ਤਾਜ਼ਾ ਹੀ ਆ ਜਿਹੜਾ, ਬਿਲਕੁਲ ਨਾੜੂ ਤੇ ਦੋਵੇਂ ਬੱਚੇ ਜੇ। ਹਾਂਜੀ। ਤੇ ਕਿੰਨਾ ਅੱਜ ਤਾਂ ਬੋਲਾ ਹੀ ਹੋਣਾ ਵੀਰ ਜੀ ਇਹਦੇ ਕੋਲ? ਫਿਰ ਵੀਰ ਜੀ ਇਹਦੇ ਥੱਲੇ ਅੱਜ ਤੀਜਾ ਦਿਨ ਆ, ਇਸ ਟਾਈਮ ਜਿਹੜਾ ਵਾ ਬੋਲਾ ਜਿਹੜਾ ਤਿਆਰ ਲੀਟਰ ਵਾਲਾ ਜਿਹੜਾ ਹੋਗਾ। ਹਾਂਜੀ 16-17 ਲੀਟਰ ਆ ਤਿਆਰ ਜਿਹੜਾ। ਹਾਂਜੀ ਦੁੱਧ ਕੱਢੂਗੀ 25-26 ਲੀਟਰ। ਅੱਛਾ, ਹਾਂਜੀ ਤੋਰ ਦੀਏ ਫਿਰ ਇਹਨਾਂ ਵੀ। ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਲੱਗ ਰਿਹਾ ਦੇਖ ਸਕਦੇ ਜੇ। ਕੁਛ ਕੁਛ ਜੇ ਭਲਾ ਵੀ ਹਵਾਨੇ ਤੇ ਹੈਗੀਆਂ ਵਾ, ਉਸ ਤਰ੍ਹਾਂ ਜਿਹੜੀ ਚੰਗੇ ਕੱਦ ਕਾਟਦੀ ਆ। ਬਾਕੀ ਹੈਗੀ ਇਹ ਵੀ ਜਰਸੀ ਆ ਜਿਹੜੀ, ਬਾਕੀ ਇਹ ਸੂਈ ਸਵਾਈ ਦੁੱਧ ਦੀ ਤੁਸੀਂ ਚਵਾਈ ਆਪ ਕਰਕੇ ਖੜਨੀ। ਦੂਸਰੇ ਪਾਸੇ ਤੋਂ ਥਾਂ ਤੁਹਾਨੂੰ ਦਿਖਾ ਦਈਏ, ਹਾਂ ਦੇਖ ਸਕਦੇ ਜੇ, ਲੈ ਜਾਓ ਜੀ। ਲੈ ਜਾ ਲੈ ਜਾ, ਤੇ ਵੀਰ ਜੀ ਇਹਦਾ ਮੁੱਲ ਕਿੰਨਾ ਰੱਖਣਾ ਫਿਰ ਆਪਾਂ? ਇਹਦਾ ਮੁੱਲ ਵੀਰ ਜੀ 65,000 ਆ। ਅੱਛਾ, ਹਾਂਜੀ। ਤੇ ਮਾਨਤਨ ਵਿੱਚ? ਮਾਨਤਨ ਖੁੱਲੇ ਹੀ ਹੋਣੇ ਆ, ਭੈਣ ਭਰਾ ਫੋਨ ਲਾਵੇ, ਫੋਨ ਲਾਵੇ ਬਸ, ਅੱਜ ਇੱਕ ਵਾਰੀ ਖੁੱਲੇ ਮਾਨਤਨ ਹੋਣਗੇ ਕਿ ਪਤਾ ਨਹੀਂ ਕਿੱਥੇ ਹੋ ਜਾਣੇ, ਜਿੱਥੇ ਕੋਈ ਚਲੋ ਗਾਵਾਂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੁਸੀਂ, ਫਿਰ ਉਸ ਹਿਸਾਬ ਨਾਲ ਜਿਹੜੀਆਂ ਦੇ ਦਿਓ। ਗਰਮੀ ਵਾਲਾ ਮਾਲ ਹੈ ਸਾਰਾ, ਇਹ ਵੀ ਜਰਸੀ ਚਾਹੁੰਦੀ ਕ੍ਰੋਸ, ਕੋਈ ਗਰਮੀ ਨਹੀਂ ਮਨਾਉਣੀ, ਭਾਵੇਂ ਦੁੱਧ 25 ਲੀਟਰ ਦੇਵੇ ਭਾਵੇਂ 26 ਦੇਵੇ, ਠੀਕ ਹੈ। ਪਰ ਇਹ ਨਾਲੇ ਦੁੱਧ ਵੀ ਸੰਘਣਾ, ਦੁੱਧ ਵੀ ਸੰਘਣਾ ਤੇ ਦੁੱਧ ਤੇ ਆ ਵੀ ਚੰਗੇ ਵਾਲੀ ਜਾਪਦੀ ਜੇ। ਹਾਂਜੀ, ਥਣਾਂ ਦਾ ਸਾਈਜ਼ ਗੈਪ ਇਹਦਾ ਆਪਾਂ ਦੇਖ ਸਕਦੇ ਹਾਂ, ਅਤੇ ਮਿਲਕ ਮੈਨੂੰ ਵੀ ਚੰਗੀ ਲੱਗੀ, ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਚੰਗੀਆਂ, ਪਿੱਛੋਂ ਹਵਾਨੇ 'ਚ ਵੀ ਵਾਟ ਆਪਾਂ ਦੇਖ ਸਕਦੇ ਚੰਗੀ ਆ, ਮੈਂ ਢਿੱਲਾ ਢੁੱਲਾ ਕਾਫੀ ਆ। ਇਹ ਕਿੰਨੇ ਕੁ ਦੁੱਧ ਵਾਲੀ ਜੇ ਵੀਰ ਜੀ? ਵੀਰ ਜੀ ਇਹ ਵੀ ਦੁੱਧ 20 ਲੀਟਰ ਦੁੱਧ ਆਰਾਮ ਨਾਲ ਭਰੂਗੀ, ਠੀਕ ਆ। ਹਾਂਜੀ, ਅਤੇ ਟਾਈਮ ਕਿੰਨਾ ਕੁ ਲੈ ਜੂਗੀ? ਇਹਨੇ ਵੀਰ ਜੀ ਹਾਲੇ ਹਫ਼ਤਾ ਲੈ ਜਾਣਾ, ਠੀਕ ਹੈ। ਹਫ਼ਤਾ ਵੀ ਖੜ ਸਕਦੀ, 10 ਦਿਨ ਵੀ ਖੜ ਸਕਦੀ ਹੈ, ਨਾ ਉਹਨਾਂ ਨੂੰ ਪਤਾ ਘਰ ਵਾਲਿਆਂ ਨੂੰ ਕਿੰਨੇ ਦਿਨ ਖੜਦੀ ਆ। ਹਾਂਜੀ, ਉਸ ਹਿਸਾਬ ਨਾਲ ਮੁੜ ਕੇ ਦੱਸਾਂ ਗੱਲ, ਆਪਣਾ ਰੈਜੀਮੈਂਟ ਲਾ ਲਵੇ ਵੀ। ਇਹ ਕਿ ਗੱਭਣ ਪਸ਼ੂ ਦਾ ਜਿਹੜਾ ਦੁੱਧ ਦਾ ਤੇ ਦਿਨਾਂ ਦਾ ਅੰਦਾਜ਼ਾ ਹੀ ਹੁੰਦਾ ਵਾ, ਕੋਈ ਵੱਧ ਵੀ ਕਰ ਸਕਦੀ ਆ ਘੱਟ ਵੀ ਕਰ ਸਕਦੀ ਆ, ਤੇ ਕਈਆਂ ਬੰਦਿਆਂ ਲਿਖਿਆ ਹੁੰਦਾ ਉਹ ਤੇ ਆਪਾਂ ਦੱਸ ਦਿੰਦੇ ਵੀ ਆਹ ਤਰੀਕ ਦੱਸੀ, ਪਰ ਫਿਰ ਵੀ ਕਈ ਵਾਰੀ ਬਿਲਕੁਲੋਂ ਉਹ ਤਰੀਕ ਤੇ ਨਹੀਂ ਹੁੰਦੀਆਂ, ਕਈ ਵਾਰੀ ਕੋਈ ਦਿਹਾੜੀ ਪਹਿਲਾਂ ਸੂਪੀ ਕੋਈ ਮਗਰੋਂ ਸੂਪੀ ਕੋਈ ਇੱਕ ਦੋ ਦਿਨਾਂ ਦਾ ਫਰਕ ਤੇ ਫਿਰ ਵੀ ਪੈ ਹੀ ਜਾਂਦਾ। ਤੋਰੋ ਹਾਂ ਫਿਰ ਇੱਕ ਵਾਰੀ, ਬਾਕੀ ਆਪਣੇ ਅੰਦਾਜ਼ੇ ਨਾਲ ਆਪਣੀ ਸਮਝ ਨਾਲ ਵੇਖ ਲਓ, ਲੈ ਜਾਓ ਜੀ। ਬਾਕੀ ਇਹਨਾਂ ਦੋਵਾਂ ਦੇ ਕੱਦ ਇੱਕੋ ਜਿਹੇ ਹੀ ਆ ਦੋਵਾਂ ਦੇ, ਤੇ ਮੁੱਲ ਵੀਰ ਜੀ ਇਹਦਾ?
ਮੁੱਲ ਵੀਰ ਜੀ ਇਹਦਾ ਜੇ ਅੱਜ ਦਾ ਕਰਾਉਣਾ, ਅੱਜ ਦਾ ਮੁੱਲ ਤੇ ਬਿਲਕੁਲ ਜਾਇਜ਼ ਹੈ, 42,000 ਰੁਪਇਆ ਮੁੱਲ ਕਰਦੇ ਆ। ਅੱਛਾ, ਚੋ ਮਾਨ ਤਾਨ ਕਰ ਦਾਂਗੇ। ਠੀਕ ਆ। ਤੇ ਜੇ ਕੱਲ ਨੂੰ ਆਉਣਾ ਸਮੇਂ ਜੇ ਮੁੜ ਕੇ ਤਿਆਰ ਕਰਕੇ ਤਿਆਰ ਹੋ ਗਏ ਵੀਰ ਜੀ, ਫਿਰ ਮੁੱਲ ਬਾਜਦਾ ਬਾਅਦ ਚ ਆਊਗਾ। ਠੀਕ ਹੈ ਜੀ। ਹਾਂਜੀ, ਤੇ ਚਲੋ ਹੁਣ ਅੰਦਰ ਜਿਹੜੀਆਂ ਦੋ, ਪਹਿਲਾਂ ਅੰਦਰੋਂ ਤੁਹਾਨੂੰ ਆ ਗੱਬਣ ਹੀ ਦਿਖਾ ਦਈਏ। ਹੱਥਾਂ ਨੂੰ ਦੇਖ ਸਕਦੇ ਇਹਦੇ ਵੀ ਲੱਗੇ ਤਾਂ। ਦੱਸੀਏ ਵੀਰ ਜੀ ਇਹਦਾ ਕਿੰਨਵਾਂ ਸੂਆ ਜੇ? ਬਿਲਕੁਲ ਛੋਟਾ ਛੋਟਾ ਸਿੰਗ ਆ ਜਿਹੜਾ, ਬਾਕੀ ਇਹ ਵੀ ਤਿਆਰ ਹੁੰਦੀ ਹੈ ਜੇ ਥੱਲਿਓ ਲਿਆ ਜੀ। ਠੀਕ ਹੈ ਜੀ। ਤੇ ਇਹਦਾ ਮੁੱਲ ਵੀਰ ਜੀ ਫਿਰ? ਇਹਦਾ ਮੁੱਲ ਵੀਰ ਜੀ 25,000 ਚ ਮਾਨ ਤਾਨ ਕਰ ਦਾਂਗੇ। ਅੱਛਾ, 25 ਚ ਮਾਨ ਤਾਨ ਕਰ ਦੋਗੇ? ਠੀਕ ਆ। ਤੇ ਹੁਣ ਇੱਕ ਹੋਰ ਜਿਹੜੀ ਸੂਈ ਸਵਾਈ ਆ, ਇਹ ਵੀ ਥੱਲਿਓ ਕਾਫੀ ਸਫਾਈ ਚ ਤਿਆਰ ਹੋਈ ਆ। ਇਹਦਾ ਬੱਚਾ ਜਿਹੜਾ ਆਪਾਂ ਤੁਹਾਨੂੰ ਦਿਖਾ ਤਾ ਪਹਿਲਾਂ, ਤੇ ਕਿੰਨਵਾਂ ਸੂਆ ਜੀ ਵੀਰ ਜੀ ਇਹਦਾ? ਵੀਰ ਜੀ ਇਹ ਪਹਿਲਾ ਸੂਆ ਸੂਈ ਜੀ। ਅੱਛਾ ਜੀ। ਹਾਂਜੀ, ਤੇ ਕਿੰਨਾ ਚਿਰ ਹੋਇਆ ਸੂਈ ਨੂੰ? ਇਹ ਵੀ ਪਰਸੋਂ ਦੀ ਸੂਈ ਵੀਰ ਜੀ। ਅੱਛਾ, ਪਰਸੋਂ ਦੀ ਸੂਈ ਆ। ਹਾਂਜੀ। ਤੇ ਕਿੰਨਾ ਕੁ ਬੋਲਾ ਜੇ ਇਹਦੇ ਕੋਲ? ਇੱਥੇ ਵੀਰ ਜੀ 8 ਲੀਟਰ 9 ਲੀਟਰ ਲਗਭਗ ਬੋਲਾ ਹੈਗਾ ਵਾ। ਠੀਕ ਆ। ਹਾਂਜੀ, ਕਿੰਨਾ ਚ ਵਾਈ ਜਾਊਗੀ ਦੁੱਧ? 12-13 ਤਾਂ ਆਰਾਮ ਨਾਲ ਦੇਈ ਜੂਗੀ, ਕਦ ਵਚਨ ਵਾਲੀ ਆ। ਠੀਕ ਆ। ਚੌਣ ਚੌਣ ਚੁੱਕ ਕੇ ਪੂਰੀ ਉਤਰਾ? ਚੌਣ ਚੌਣ ਬਹੁਤ ਵਧੀਆ, ਮੋਟੀ ਧਾਰ ਆ, ਪਸਮਾ ਪੂਰਾ ਟੋਪ ਦੇ ਆ। ਤਾਂ ਉਹਨੇ ਕੀ ਨਾ ਮਾੜਾ ਮਾੜਾ ਹਲੇ ਪਹਿਲਾਂ ਕਰਕੇ ਮਾੜਾ ਮੋਟਾ ਕਰਦੀ ਆ। ਅੱਛਾ, ਥੋੜੇ ਕੋਲ ਕਰਦੀ ਆ। ਬੱਚੇ ਤੋਂ ਨਹੀਂ ਕਰਦੀ, ਕਿਉਂਕਿ ਬੰਦਾ ਬਹਿੰਦਾ ਥੋੜੀ ਔਲ ਜੀ ਕਰਦੀ ਆ। ਅੱਛਾ, ਉਹ ਉਸ ਹਿਸਾਬ ਨਾਲ ਬੰਦਾ ਆ ਕੇ ਆਪਣੀ ਤਸੱਲੀ ਕਰ ਲੈ ਆਪਣੇ। ਚਲੋ ਇੱਥੇ ਆ ਕੇ ਚੁੱਕ ਲੈ ਜੇ, ਹਨਾ। ਇਹ ਆ ਕੇ ਪਹਿਲਾਂ ਕੋਈ ਹਫਤੇ ਦਾ ਦਿਨਾਂ ਸੈੱਟ ਹੋ ਜੂਗੀ ਪੂਰੇ। ਇਹ ਪਹਿਲਾਂ ਤੁਹਾਨੂੰ ਪਤਾ ਕਈ ਹੱਥ ਭੰਨਣੇ ਹੀ ਪੈਂਦੇ ਆ। ਹਾਂਜੀ ਹਾਂਜੀ, ਤੋਰੋ ਫਿਰ ਇੱਕ ਨੇ। ਬਾਕੀ ਜਿਹੜੀ ਗੱਲ ਹੈਗੀ ਆ ਵੀਰ ਜੀ ਉਹਨਾਂ ਨੇ ਦੱਸਤੀ ਆ, ਅੱਗੇ ਤੁਸੀਂ ਆਪਣਾ ਵੇਖ ਕੇ ਖੜਨੀ ਆ। ਸਿੰਘ ਇਹਦੇ ਵੀ ਨਿੱਕੇ ਨਿੱਕੇ ਰੇਟ ਦੇ ਬਿਲਕੁਲ ਭਾਅ ਚ ਹੀ ਆ ਜੀ। ਠੀਕ ਹੈ ਜੀ। ਹਾਂ, ਗਾਂ ਵੱਡੀ ਆ ਪਰ ਭਾਅ ਮੁੱਲ ਗਿਆ ਜੀ। ਲੈ ਜਾ ਜੀ। ਤੇ ਵੀਰ ਜੀ ਇਹਦਾ ਮੁੱਲ ਫਿਰ? ਮੁੱਲ ਵੀਰ ਜੀ ਇਹਦਾ 22,000 ਰੁਪਇਆ, ਬਿਲਕੁਲ ਜਾਇਜ਼ ਜੀ, ਉਹ 'ਚੋਂ ਮਾਨ ਤਾਨ ਕਰ ਦਾਂਗੇ। ਅੱਛਾ, ਜੇ ਕੋਈ ਜੋੜਾ ਖੜੂਗਾ ਉਸ ਹਿਸਾਬ ਨਾਲ ਉਸ ਹਿਸਾਬ ਕਰਾਂ। ਗਾਈਆਂ ਵੱਡੀਆਂ ਵਾ, ਨਹੀਂ ਨਿੱਕੀਆਂ ਨਿੱਕੀਆਂ ਵਾ। ਠੀਕ ਆ। ਦੁੱਧ 14-13-14 ਲੀਟਰ ਆਰਾਮ ਨਾਲ ਦਊਗੀ। ਠੀਕ ਹੈ ਜੀ। ਹਾਂਜੀ, ਹਾਲੇ ਤੇ ਤੀਜਾ ਦਿਨ ਸੂਈ ਨੂੰ ਮਾਤਰ ਘਰੋਂ ਲਿਆਂਦੀ ਆਪਾਂ। ਠੀਕ ਹੈ ਜੀ। ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਇਹੀ, ਜਿਹੜਾ ਭੈਣ ਭਰਾ ਤੁਹਾਡੇ ਸਾਹਮਣੇ ਜਿਹੜੀ ਗੱਬਣ ਹੈ ਉਹਦੀ ਆ ਕੇ ਥਾਂ ਲਾ ਕੇ ਖੜੋ। ਹਾਂਜੀ, ਦੂਜੀ ਵੀ ਆਪਣੀ ਸੂਈ ਉਹ ਵੀ ਪਾਸ ਕਰਕੇ ਛੋ ਕੇ ਖੜੋ ਜੀ। ਠੀਕ ਹੈ ਵੀਰ ਜੀ। ਜਿਹੜੀਆਂ ਗੱਬਣਾ ਇੱਥੇ ਆ ਕੇ ਪਾਸ ਕਰਕੇ ਖੜਿਆ ਕਰੋ, ਤੇ ਸੂਈਆਂ ਦੀ 2 ਟਾਈਮ ਚਵਾਈ ਕਰ ਲਓ, 3 ਟਾਈਮ ਚਵਾਈ ਕਰ ਲਓ, ਉਹ ਤੁਸੀਂ ਆਪ ਕਰਕੇ ਖੜਨੀ ਹੈ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।